ਆਓ ਮਿਲ ਕੇ ਲੜਕੀਆਂ ਦੀ ਲੋਹੜੀ ਮਨਾਈਏ। ਇਸ ਸੰਬੰਧ ਵਿੱਚ ਲੁਧਿਆਣਾ ਦੇ ਸਰਕਿਟ ਹਾਊਸ ਸੱਭਿਆਚਾਰਕ ਮੰਚ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਪਿਛਲੇ 24 ਸਾਲ ਤੋਂ ਉਹਨਾਂ ਵੱਲੋਂ ਲੋਹੜੀ ਦਾ ਮੇਲਾ ਕਰਵਾਇਆ ਜਾਂਦਾ ਹੈ। ਇਸ ਵਾਰ ਪੱਛਮੀ ਸਿਲਵਰ ਜੁਬਲੀ ਲੜਕੀਆਂ ਦੀ ਲੋਹੜੀ ਦਾ ਮੇਲਾ 11 ਜਨਵਰੀ ਦਿਨ ਸ਼ੁੱਕਰਵਾਰ ਨੂੰ 11 ਵਜੇ ਨਿਊ ਦਾਣਾ ਮੰਡੀ ਰਾਏਕੋਟ ਰੋਡ ਮੁੱਲਾਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਮੇਲੇ ਵਿੱਚ ਨਵੀਆਂ ਜੰਮੀਆਂ 31 ਲੜਕੀਆਂ ਨੂੰ ਬਤੌਰ FT ਦੇ ਰੂਪ ਵਿੱਚ ਸ਼ਗਨ ਵੀ ਦਿੱਤਾ ਜਾਵੇਗਾ। ਸੱਭਿਆਚਾਰਕ ਮੰਚ ਨੇ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਹੜੀ ਦੇ ਮੇਲੇ ਵਿੱਚ ਸ਼ਾਮਲ ਹੋਣ ਅਤੇ ਮੇਲੇ ਦੀ ਸ਼ਾਨ ਨੂੰ ਵਧਾਉਣ। ਅੱਜ ਅਸੀਂ ਜਿਹੜਾ ਮੇਨ ਇਹ ਹੈ ਕਿ ਜੋ 7 ਸਨਮਾਨ ਕੀਤੇ ਜਾਣੇ ਨੇ ਉਹ ਸਨਮਾਨ ਅਨਾਊਂਸ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚ ਨੰਬਰ 1 'ਤੇ ਜਗਪਾਲ ਸਿੰਘ ਘੂੜਾ ਜਿਹੜੇ ਕਿ ਪਾਰਕ ਪਲਾਜ਼ਾ ਦੇ ਮਾਲਕ ਨੇ, ਉਹਨਾਂ ਨੂੰ ਮਾਤਾ ਪਿਤਾ ਦੀ ਸੇਵਾ ਬਦਲੇ ਜਿੱਥੇ ਉਹਨਾਂ ਨੂੰ ਅਸੀਂ ਸਰਵਣ ਪੁੱਤਰ ਅਵਾਰਡ, ਉੱਥੇ ਜਗਦੇਵ ਸਿੰਘ ਜੱਸੋਵਾਲ ਦੀ ਅਤੇ ਉਹਨਾਂ ਦੀ ਇੱਕ ਦੋਸਤੀ ਦਾ ਅਵਾਰਡ ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਅਵਾਰਡ ਦੇ ਕੇ ਸਨਮਾਨਿਤ ਕਰਨ ਜਾ ਰਹੇ ਹਾਂ 11 ਜਨਵਰੀ ਨੂੰ। ਦੂਸਰਾ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਚੇਅਰਮੈਨ ਨੇ CT ਯੂਨੀਵਰਸਿਟੀ ਦੇ, ਉਹਨਾਂ ਨੂੰ ਡਾਕਟਰ ਅਬਦੁਲ ਕਲਾਮ ਯਾਦਗਾਰੀ ਸਨਮਾਨ ਦਿੱਤਾ ਜਾਏਗਾ। ਤੀਸਰਾ ਪ੍ਰਸਿੱਧ ਆਰਟਿਸਟ ਜਿਹੜੇ ਪੰਜਾਬੀ ਫਿਲਮਾਂ ਦੇ ਹੀਰੋ ਨੇ ਰਣਜੀਤ ਬਾਵਾ ਜੀ, ਉਹਨਾਂ ਨੂੰ ਸ਼੍ਰੀ ਲਾਲ ਚੰਦ ਯਮਲਾ ਜੱਟ ਯਾਦਗਾਰੀ ਸਨਮਾਨ ਨਾਲ ਉੱਥੇ ਨਿਵਾਜਿਆ ਜਾਏਗਾ। ਅਤੇ ਮਲਕੀਤ ਸਿੰਘ ਗੋਲਡਨ ਸਟਾਰ UK ਅਤੇ ਉਹਨਾਂ ਨੂੰ ਅਸੀਂ ਬਾਬਾ ਬੁੱਲੇ ਸ਼ਾਹ ਯਾਦਗਾਰੀ ਸਨਮਾਨ ਦੇਵਾਂਗੇ। ਦਲਜੀਤ ਕੌਰ ਐਡਵੋਕੇਟ ਜੋ ਕਿ ਧੀਆਂ ਦੇ ਹੱਕਾਂ ਲਈ ਕੇਸ ਲੜਦੇ ਨੇ, ਹਾਈਕੋਰਟ ਦੇ ਵਕੀਲ ਨੇ, ਅਸੀਂ ਉਹਨਾਂ ਨੂੰ ਮਦਰ ਟੈਸਾ ਯਾਦਗਾਰੀ ਸਨਮਾਨ ਦੇਣ ਜਾ ਰਹੇ ਹਾਂ 11 ਤਰੀਕ ਨੂੰ। ਜਦਕਿ ਜਸਪ੍ਰੀਤ ਕੌਰ ਫਲਕ ਜਿਹੜੇ ਕਿ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਨੇ, ਉਹਨਾਂ ਨੂੰ ਅੰਮ੍ਰਿਤਾ ਪ੍ਰੀਤਮ ਯਾਦਗਾਰੀ ਸਨਮਾਨ ਦਿੱਤਾ ਜਾਏਗਾ। ਅਤੇ ਇਸੇ ਤਰ੍ਹਾਂ ਮੋਨੀਸ਼ਾ ਗਾਬਾ ਜੀ ਨੂੰ ਵਿੱਦਿਆ ਦੇ ਖੇਤਰ ਵਿੱਚ ਬੁਲੰਦੀਆਂ 'ਤੇ ਪਹੁੰਚਣ ਲਈ ਕਲਪਨਾ ਚਾਵਲਾ ਯਾਦਗਾਰੀ ਸਨਮਾਨ ਦਿੱਤਾ ਜਾਏਗਾ। ਅਤੇ ਇਸ ਸਮਾਗਮ ਦੇ ਵਿੱਚ ਸਾਡੇ ਪੰਜਾਬ ਦੇ ਹੈਲਥ ਮਿਨਿਸਟਰ ਬ੍ਰਹਮ ਮਹਿੰਦਰਾ ਜੀ, ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ, ਇਹ ਸਾਰੇ ਹਾਜ਼ਰ ਹੋਣਗੇ, ਸਨਮਾਨ ਪ੍ਰਦਾਨ ਕਰਨਗੇ। ਅਤੇ ਅੱਜ ਦਾ ਸਾਡਾ ਇਹ ਸੀ ਕਿ ਕਿੰਨਾ ਸ਼ਖਸੀਅਤਾਂ ਨੂੰ ਸਨਮਾਨ ਦਿੱਤੇ ਜਾ ਰਹੇ ਨੇ ਉਹ ਅਸੀਂ ਦੱਸਣਾ ਚਾਹੁੰਦੇ ਹਾਂ। ਮੇਲਾ ਨਵੀਂ ਦਾਣਾ ਮੰਡੀ ਮੁੱਲਾਂਪੁਰ, ਜਿਹੜੇ ਕਿ ਮੁੱਲਾਂਪੁਰ ਰੈਕੋਟ ਰੋਡ ਦੇ ਉੱਤੇ, ਮੁੱਲਾਂਪੁਰ ਤੋਂ ਜਦ ਤੁਸੀਂ ਬਾਹਰ ਜਾਓਗੇ ਸੱਜੇ ਪਾਸੇ ਤਕਰੀਬਨ 2-3 ਕਿਲੋਮੀਟਰ ਦੇ ਫਰਕ ਦੇ ਨਾਲ ਮੇਲਾ ਜਿਹੜਾ ਕਿ ਦਿਹਾਤ ਦੇ ਏਰੀਏ ਦੇ ਵਿੱਚ ਲੱਗੇਗਾ। ਸੱਭਿਆਚਾਰਕ ਮੰਚ ਵੱਲੋਂ 7 ਸ਼ਖਸੀਅਤਾਂ ਦਾ ਜਿੱਥੇ ਸਨਮਾਨ ਦਾ ਅੱਜ ਅਨਾਊਂਸ ਕੀਤਾ ਗਿਆ, ਉਹਦੇ ਨਾਲ ਨਾਲ 31 ਨਵ ਜਨਮੀਆਂ ਬੱਚੀਆਂ ਨੂੰ ਵੀ ਉੱਥੇ ਜਿਹੜਾ ਸ਼ਗਨ ਆ ਬਕਾਇਦਾ ਤੌਰ 'ਤੇ, ਚਾਹੇ FD ਆ ਜਾਂ ਜੋ ਵੀ ਆ, ਦਿੱਤਾ ਜਾਏਗਾ। ਕਿਉਂਕਿ ਸਾਡੇ ਮੇਲੇ ਦੀ ਪਰੰਪਰਾ ਇਹ, ਜਿਹੜੇ ਨਵਜਨਮੀਆਂ ਬੱਚੀਆਂ ਨੇ ਉਹਨਾਂ ਦਾ ਮਾਣ ਸਤਿਕਾਰ ਵੀ ਇਸ ਸੰਸਥਾ ਵੱਲੋਂ ਹਮੇਸ਼ਾ ਹੁੰਦਾ। ਔਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਆਪਾਂ 11 ਤਰੀਕ ਜਿੱਥੇ ਰਾਏਕੋਟ ਰੋਡ ਮੁੱਲਾਂਪੁਰ ਮੰਡੀ ਦੇ ਵਿੱਚ ਬਹੁਤ ਭਾਰੀ ਮੇਲਾ ਲੱਗ ਰਿਹਾ, ਪੰਜਾਬ ਦੇ ਨਾਮਵਰ ਗਾਇਕ ਉੱਥੇ ਪਹੁੰਚ ਰਹੇ ਨੇ, ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਆਪਾਂ ਇਸ ਮੇਲੇ 'ਚ ਪਹੁੰਚੀਏ ਔਰ ਮੇਲੇ ਦੀਆਂ ਰੌਣਕਾਂ ਨੂੰ ਵਧਾਈਏ। ਇਹਦੇ ਨਾਲ ਹੀ ਬੇਨਤੀ ਕਰਨੀ ਚਾਹੂੰਗਾ ਵੀ 9 ਤਰੀਕ ਨੂੰ ਜਿਹੜਾ ਇੱਕ ਭਰੂਣ ਹੱਤਿਆ 'ਤੇ ਸੈਮੀਨਾਰ ਹੈ ਡਾਕਟਰ AVM ਸਕੂਲ ਦੇ ਵਿੱਚ, ਉਹ ਵੀ ਮਾਲਵਾ ਸੱਭਿਆਚਾਰਕ ਮੰਚ ਦੇ ਰਾਹੀਂ ਜਿਹੜਾ ਹੈ ਸਕੂਲ ਦੇ ਵਿੱਚ ਲਗਾਇਆ ਜਾ ਰਿਹਾ। ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰੂੰਗਾ ਵੀ ਇਸ ਮੇਲੇ ਦੇ ਵਿੱਚ ਆਪਾਂ ਹੁਮਾ ਕੇ ਪਹੁੰਚੀਏ ਔਰ ਮੇਲੇ ਦੀ ਰੌਣਕ ਨੂੰ ਵਧਾਈਏ। ਲੁਧਿਆਣਾ ਤੋਂ ਵਿਕਾਸ ਬਾਂਬਰੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦ TV NRI।